ਪਰਮ ਸਤਿਕਾਰਯੋਗ ਸਾਧ ਸੰਗਤ ਜੀ ਆਪਣੀ ਆਪਣੀ ਮਨ ਬਿਰਤੀ ਨੂੰ ਇਕਾਗਰ ਕਰ ਲਈਏ ਤੇ ਗੱਜ ਕੇ ਆਖ ਲਈਏ ਧੰਨ ਸ਼੍ਰੀ ਸਤਗੁਰੂ RAM ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਵਿਸ਼ਾ ਹੈ ਸਤਗੁਰੂ RAM ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਗਟ ਹੋਣਾ ਮਾਤਾ ਸਦਾ ਕੌਰ ਜੀ ਦੇ ਗਰਭ ਵਿੱਚ ਗਰਭ ਤੋਂ ਇੱਕ ਮਸ਼ਕ ਦੇ ਆਕਾਰ ਵਰਗੇ ਦਾ ਜਨਮ ਹੋਇਆ ਦਾਈ ਨੇ ਵੇਖਿਆ ਇਹ ਮਾਸੀ ਮਸ਼ਕ ਬਿਨਾ ਸਵਾਸ ਤੋਂ ਸੀ। ਦਾਈ ਨੇ ਬਾਬਾ ਜੀ ਨੂੰ ਦੱਸਿਆ। ਬਾਬਾ ਜੀ ਨੇ 蒂ਲਾ ਮਾਰਿਆ ਤਾਂ ਮਸ਼ਕ ਵਿੱਚੋਂ ਪਾਣੀ ਨਿਕਲਿਆ। ਬਾਬਾ ਜੀ ਵੇਖ ਕੇ ਹੈਰਾਨ ਹੋ ਗਏ ਤੇ ਜ਼ਮੀਨ ਵਿੱਚ ਦੱਬ ਦਿੱਤਾ। ਮਾਤਾ ਜੀ ਨੇ ਇਸ਼ਨਾਨ ਕਰਕੇ ਪਵਿੱਤਰ ਹੋ ਗਏ। ਬਾਬਾ ਜੱਸਾ ਸਿੰਘ ਜੀ ਨੇ ਮਾਤਾ ਸਦਾਕੌਰ ਜੀ ਨੂੰ ਕਿਹਾ ਸਾਡੇ ਘਰ ਮਸ਼ਕ ਜਨਮੀ ਹੈ। ਲੋਕ ਗੱਲਾਂ ਕਰਨਗੇ ਚੰਗਾ ਪਰਮੇਸ਼ਰ ਤੋਂ परमेश्वर जो तेरी रजा है जदों रात हुई तो सतगुरू राम सिंह जी बालक रूप धार के संत अठार सौ बहत्तर बिक्रमी माघसूदी पंचमी सन अठारह सौ सो सोलह बसंत वाले दिन अद्धी रात तो बादया नगर माता सदा कौर जी की गोद विच प्रगट होए ਮਾਤਾ ਜੀ ਤੇ ਬਾਬਾ ਜੀ ਸੁੰਦਰ ਸਰੂਪ ਵੇਖ ਕੇ ਹੈਰਾਨ ਤੇ ਖੁਸ਼ ਹੋਏ ਕਿ ਇਹ ਆ ਪਰਮੇਸ਼ਰ ਪ੍ਰਗਟ ਹੋਏ ਹਨ ਕਿਉਂਕਿ ਗਰਭ ਵਿੱਚੋਂ ਨਹੀਂ ਆਏ ਧਰਤੀ ਨੇ ਜਾਣਿਆ ਮੇਰੀ ਬੇਨਤੀ ਸੁਣ ਕੇ ਆਏ ਹਨ ਧਰਮ ਨੇ ਜਾਣਿਆ ਮੇਰੀ ਸਹਾਇਤਾ ਕਰਨਗੇ ਦੇਵਤੇ ਦਰਸ਼ਨ ਕਰਨ ਆਏ ਦਿਨ ਚੜਿਆ ਤੇ ਵਧਾਈਆਂ ਮਿਲਣ ਲੱਗੀਆਂ ਗੁਰ ਦਾ ਪ੍ਰਸ਼ਾਦ ਵਰਤਾਨ ਲੱਗੇ दाई ने सुनिया तो कह लगी पुत्र कितों होना है मश्क जही होई है मेरे खड़े बाबा जी ने दब दी सी जनानिया ने कहा तू झूठी है असं आप देख के आया हाँ आया हाँ बड़े सुंदर स्वरूप वाले बालक हैं दाई ने जाके जदों दर्शन किए तो ते हाथ हाथ लगा के नमस्कार की कहा ये तो आप परमेर आए हैं ਦਾਈ ਨੇ ਜਿੱਥੇ ਵੀ ਜਾਣਾ ਉੱਥੇ ਹੀ ਕਹਿਣਾ ਬਾਬਾ ਜੱਸਾ ਸਿੰਘ ਦੇ ਘਰ ਬਾਲਕ ਹੋਇਆ ਹੈ ਜੋ ਗਰਹ ਵਿੱਚੋਂ ਨਹੀਂ ਆਇਆ ਜਦੋਂ ਸਤਗੁਰੂ ਜੀ 1 ਮਹੀਨੇ ਦੇ ਹੋਏ ਤਾਂ ਗਰਦਨ ਝੁਕ ਕੇ ਦਰਸ਼ਨ ਦੇਣ ਲੱਗੇ 7 ਮਹੀਨਿਆਂ ਦੇ ਹੋਏ ਤਾਂ ਚੌਂਕੜੀ ਮਾਰ ਕੇ ਬੈਠਣ ਲੱਗੇ ਸਤਗੁਰੂ ਜੀ ਰੋਂਦੇ ਨਹੀਂ ਸਨ ਸਦਾ ਖੁਸ਼ ਰਹਿੰਦੇ ਸਨ ਧੰਨ ਅਕਾਲਪੁਰ ਕੀ ਸਤਗੁਰੂ ਰਾਮ ਸਿੰਘ ਜੀ ਸਹਸਰੀ ਅਕਾਲ